ਪ੍ਰੋਜੈਕਟ ਸਕਾਈਲਾਕ ਦੇ ਹੇਠ ਪੁਲਿਸ ਵੱਲੋਂ ਕੀਤੀ ਇੱਕ ਬਾਈਕਰ ਗੈਂਗ ਦੀ ਜਾਂਚ ਦੇ ਸਦਕਾ ਕਰੀਬ 15 ਲੋਕਾਂ ਦੇ ਉੱਤੇ 200 ਚਾਰਜਸ ਲਾਏ ਗਏ ਨੇ। ਇਹ ਗੈਂਗ ਓਨਟੈਰੀਓ ਦੇ ਸ਼ਹਿਰ ਦੇ ਵਿੱਚ ਮਨੁੱਖੀ ਅਤੇ ਨਸ਼ਿਆਂ ਦੀ ਤਸਕਰੀ ਕਰ ਰਿਹਾ ਸੀ। ਓਪੀਪੀ ਸੁਪਰਡੈਂਟ ਬ੍ਰਾਇਨ ਮੈਕਲਬ ਦਾ ਕਹਿਣਾ ਹੈ ਕਿ ਓਪੀਪੀ ਅਤੇ ਓਟਵਾ ਨਾਇਗਰਾ ਰੀਜਨ ਅਤੇ ਸੈਡਬਰੀ ਦੀ ਪੁਲਿਸ ਵੱਲੋਂ ਜੂਨ 2018 'ਚ ਇੱਕ ਗੈਂਗ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਪੁਲਿਸ ਨੂੰ ਸ਼ੱਕ ਸੀ ਕਿ ਗੈਂਗ ਕੋਕੇਨ ਫੈਂਟਨਿਲ ਦੀ ਤਸਕਰੀ ਦੇ ਨਾਲ ਔਰਤਾਂ ਨੂੰ ਸੈਕਸ ਟ੍ਰੇਡ ਦੇ ਵਿੱਚ ਸ਼ਾਮਲ ਹੋਣ ਦੇ ਲਈ ਜ਼ਬਰਦਸਤੀ ਕਰਦਾ ਹੈ। ਬੀਤੇ ਹਫ਼ਤੇ ਓਨਟੈਰੀਓ ਦੇ ਸਾਰੇ ਸ਼ਹਿਰਾਂ ਦੀ ਪੁਲਿਸ ਨੇ ਛਾਪੇ ਮਾਰੀ ਦੌਰਾਨ ਮਿਲੀਅਨਸ ਡਾਲਰਾਂ ਦੀ ਕੀਮਤ ਰੱਖਣ ਵਾਲੀ 12.5 ਕਿਲੋ ਕੋਕੇਨ, ਸੈਂਕੜੇ ਮਾਈਕ੍ਰੋਗ੍ਰਾਮ ਫੈਂਟਨਿਲ ਦੇ ਪੈਚ, 12.5 ਕਿਲੋ ਕੈਨਬਿਸ ਅਤੇ 2000 ਮੈਥ ਪਿਲਸ ਬਰਾਮਦ ਕੀਤੀਆਂ ਨੇ। ਪੁਲਿਸ ਨੇ 11 ਬੰਦੂਕਾਂ, ਜਿਨ੍ਹਾਂ 'ਚ 3 ਅਸੋਲਟ ਸਟਾਈਲ ਰਾਈਫਲਸ ਨੇ, ਜਦੋਂ ਕਿ ਹੋਰ ਹੈਂਡਗਨਸ ਨੇ ਬਰਾਮਦ ਕੀਤੀਆਂ ਨੇ। 15 ਲੋਕ ਗ੍ਰਿਫਤਾਰ ਹੋਏ ਨੇ, ਜਿਨ੍ਹਾਂ 'ਚੋਂ 6 ਹੈਲਜ ਏਂਜਲਸ, ਨੋਮੈਡਸ, ਰੈੱਡ ਡੇਵਿਲ ਮੋਟਰਸਾਈਕਲ ਕਲੱਬ ਜਾਂ ਫਿਰ ਹੋਲੀਗਨ ਮੋਟਰਸਾਈਕਲ ਕਲੱਬ ਦੇ ਮੈਂਬਰ ਸਨ।